सत श्री अकाल जी, मेरा नाम वरुणजोत सिंह है। अज मेलडी सोंग राउंड है जी। मेरी पिछली परफॉर्मेंस तो बहुत ही वधिया गई सी, मैं जजिस नूं नचा दिता सी। ते मेरे वालों सी सुपर डुपर डुपर हिट परफॉर्मेंस। इस बार भी मेरा पूरा यकीन है कि मैं अपने सुरां दे नाल जजिस दे मन खुश करके ही वापस आवांगा। लो जी, बीर सिंह जी कहे जी रही है परफॉर्मेंस। मैं तो लग गया सी हुणे मीं पै जूगा। बहुत सोहनी परफॉर्मेंस। थैंक यू। रब ने ना तैनू बड़ी सोहनी आवाज नाल नवाजिया, तेरी टोन बड़ी फाइन है। सो यू मस्ट बी ग्रेटफुल कि तैनू रब ने इन्नी प्यारी टोन दिती है। ठीक है, इन्ना मिठा गाना और एक गायकी वाला गाना भी, गायकी भी इस गाने दे विच, क्योंकि छोटी छोटी चीज़ां ने ना। ਉਹ ਇੱਕ ਹਟਕੋਰ ਹੈ ਨਾ, ਮਤਲਬ ਕੋਸ਼ਿਸ਼ ਤੁਹਾਡੀ ਬਾ ਕਮਾਲ ਹੈ ਯਾਰ। ਥੈਂਕ ਯੂ। ਮੈਂ ਚਾਹੁੰਦਾ ਜਿੰਨੇ ਬੱਚੇ ਬੈਠੇ ਇਸ ਬੱਚੇ ਲਈ ਜ਼ੋਰ ਦਾ ਤਾੜੀ ਦਿਓ। ਥੈਂਕ ਯੂ ਕਮਲ ਜੀ। ਸਚਿਨ ਜੀ, ਬਹੁਤ ਅੱਛਾ ਸੀ। ਸਭ ਤੋਂ ਅੱਛੀ ਗੱਲ ਇਹ ਸੀ ਕਿ ਜਿੰਨੀ ਲੋੜ ਸੀ ਓਨਾ ਹੀ ਗਾਇਆ, ਇਹ ਸੋਚ ਕੇ ਕਿ ਵੀ ਮੈਲੋਡੀਅਸ ਗਾਣਾ ਹੈ ਔਰ ਫਿਰੋਜ਼ ਖਾਨ ਸਾਹਿਬ ਦਾ ਗਾਇਆ ਹੋਇਆ ਹੈ ਔਰ ਇੰਨੀ ਤਿਆਰੀ ਨਾਲ ਗਾਇਆ ਹੋਇਆ, ਵੀ ਮੈਂ ਆਪਣੇ ਵੱਲੋਂ ਕੁਝ ਹੋਰ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਾਂ, ਉਹ ਨਹੀਂ ਕੀਤੀ, ਉਹ ਬਹੁਤ ਅੱਛੀ ਗੱਲ ਹੈ। ਥੈਂਕ ਯੂ ਸਰ। ਆਪਣੀ ਲਿਮਿਟੇਸ਼ਨਸ ਇਨਸਾਨ ਨੂੰ ਪਤਾ ਹੋਣੀਆਂ ਚਾਹੀਦੀਆਂ, ਅਤੇ ਜੇ ਬੰਦਾ ਆਪਣੀ ਲਿਮਿਟੇਸ਼ਨਸ ਦੇ ਅੰਦਰ ਰਹਿ ਕੇ ਕੰਮ ਕਰੇਗਾ ਕਦੇ ਫੇਲ ਨਹੀਂ ਹੋ ਸਕਦਾ। ਵੈਲ ਡਨ, ਗੋਡ ਬਲੈਸ ਯੂ। ਥੈਂਕ ਯੂ ਸੋ ਮਚ ਜੀ, ਸਾਡੇ ਸੈਲੀਬ੍ਰਿਟੀ ਗੈਸਟ ਬੱਬਲ ਰਾਏ। ਸਭ ਤੋਂ ਪਹਿਲਾਂ ਤਾਂ ਵੀਰੇ ਤੂੰ ਕਿਊਟ ਬਹੁਤ ਜ਼ਿਆਦਾ, ਟੂ ਕਿਊਟ ਟੂ ਹੈਂਡਲ ਹੈ ਨਾ, ਅਤੇ ਜਿੱਦਾਂ ਤੂੰ ਥਾਪੀ ਮਾਰ ਕੇ ਸ਼ਿਖਰ ਧਵਨ ਵਾਂਗੂ ਆਇਆ ਸੀ ਸਟੇਜ 'ਤੇ ਤਾਂ ਬਹੁਤ ਵਧੀਆ ਲੱਗਿਆ। ਤੇਰੀ ਬੋਡੀ ਲੈਂਗੁਏਜ ਬਹੁਤ ਸੋਹਣੀ, ਤੂੰ ਬਹੁਤ ਸੋਹਣਾ ਲੱਗ ਰਿਹਾ।
ਤੇ ਆਮ ਨਾਟ ਹੇਅਰ ਟੂ ਜੱਜ ਐਨੀਬਡੀ ਮੈਂ ਤਾਂ ਤੁਹਾਡਾ ਭਰਾ ਤੁਹਾਨੂੰ ਹੌਸਲਾ ਦੇਣ ਲਈ ਆਇਆ ਸੋ ਅੱਗੇ ਲਈ ਤੈਨੂੰ ਆਲ ਦੀ ਬੈਸਟ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਸੋ ਮਚ ਇੱਕ ਵਾਰ ਜ਼ੋਰਦਾਰ ਤਾੜੀਆਂ ਆ ਜਾ ਜੀ ਮੁੰਡਿਆ